खंड भी ले ली 10 किलो, पत्ती 2 पैकेट, दाल मसलां दी जिहड़ी 2 किलो लिख ली है, भरदी बहुत आ। चने भी 2 किलो लिखते हैं, चने की दाल भी 2 किलो। माँ ते मम्मी ज्यादा बनाउण ही नहीं दिंदी, मैं 1/2 किलो लिखते। सस भी बथेरी लगती 5 किलो, मैगी दे 2 पैकेट, बर्तन 4 पैकेट, ते मकरोनी दे 5 पैकेट लिख दिंदी है। ते पास्ता पास्ता 5 पैकेट ही लिख लैनी है, बनती जाती है। टमाटो सॉस 1 बोतल ये लिख लैनी है। ते मेयोनी भी लिख लैनी है। मेरी पढ़ाइयां होने पियां की गल, पढ़ाइयां नहीं होनियां मम्मी जी, मैं तो सौदा लिखनी आपे, तो कहने नहीं भी सौदा खत्म हो गया, मैं लिख दिनी है। है इन्ना सौदा लिखता है, इतने केड़ा व्याह रखिया वा, सारा किताब पढ़ती तू। मम्मी ज्यादा केड़ा सौदा, खंड 10 किलो है, खंड 10 किलो, 10 किलो करनी है। तो मम्मी हुण महीना डेढ़ महीना दो लंघ भी जाने। अरे नहीं भैणा, 2 किलो खंड लेख। हाँ तो फिर तुम दुकाने तुरे रहो, तेरे 150 लै के किड्डा बंदा बुरा लगता वा। पत्ती दो, चल 5 किलो लिख ला खंड, अद्धी कट कर, होर की लिखिया वा। पत्ती दे मम्मी 2 पैकेट। चने 2 किलो, चने ਇਹ ਵੀ 2 ਕਿਲੋ ਲਿਖਤੇ ਜੀ। ਮਾਂ ਅੱਧਾ ਕਿਲੋ ਲਿਖਿਆ, ਤੁਸੀਂ ਬਣਾ ਲਓ। ਚਲ ਠੀਕ ਆ ਮਾਂ, ਇੰਨੀ ਕਿ ਚਾਰ ਨਾ ਚੀਜ਼ਾਂ ਲਿਖ, ਥੋੜੀਆਂ ਥੋੜੀਆਂ। ਹਾਏ ਤੇ ਮੰਮੀ, ਅੱਧਾ ਕਿਲੋ ਦੇਖੋ, ਹੋਰ ਬਣਾਇਆ ਖਤਮ ਹੋ ਜਾਂਦੀ, ਅੱਧਾ ਕਿਲੋ ਬਣੇ ਨੇ ਨਹੀਂ, ਦਾਲ ਬਚਣੀ ਆ ਤੇ ਫਿਰ ਤੁਰੇ ਰਹੋਗੇ ਤੁਸੀਂ। ਚੌਂਕੇ ਦੇ ਸਾਰੇ ਸੌਦੇ 4-5 ਹੁੰਦੇ ਆ, ਆ ਤੂੰ ਤੇ ਲੈਣ ਦੀ ਲੈਣ ਹੀ ਕਰ ਸੁਟੀ ਆ। ਕਿਹੜੇ ਮੰਮੀ ਸੌਦੇ 4-5 ਹੁੰਦੇ ਆ, ਮੈਗੀ ਤੇ ਲਿਖੇ ਮੈਂ 2 ਪੈਕਟ। ਨਹੀਂ ਮੈਗੀ ਕੀ ਕਰਨੀ ਆ, ਇੱਥੇ ਕਿਹੜਾ ਕੋਈ ਨਿਆਣਾ ਹੈਗਾ ਜਿੰਨੇ ਮੈਗੀ ਖਾਣੀ ਆ। ਤੇ ਮੰਮੀ ਮੇਰਾ ਨਹੀਂ ਚੀਜ਼ ਕਰਦਾ, ਮੈਂ ਨਹੀਂ ਖਾਂਦੀ, ਮੁੰਡਾ ਤੁਹਾਡੇ ਖਾਂਦਾ, ਉਹ ਦੂਜੇ ਦਿਨ ਕਹਿ ਦਿੰਦਾ ਮੈਗੀ ਬਣਾਣਾ। ਮੁੰਡਾ ਨੇ ਕਦੇ ਮੈਗੀ ਖਾਂਦਾ ਹੀ ਨਹੀਂ, ਉਹਨੂੰ ਤੇ ਚੰਗੀ ਲੱਗਦੀ ਨਹੀਂ। ਕਿਉਂ ਨਹੀਂ ਖਾਂਦਾ ਮੰਮੀ? ਆਤਾ ਦੇ ਉਹਨੂੰ ਕਰ ਦਿੱਤਾ ਵਾ, ਪਰ ਮੈਗੀ ਨਹੀਂ ਕਰਦਾ, ਨਿਆਣਾ ਖਾਂਦਾ। ਤੂੰ ਨਿਆਣੀ ਆ, ਬੁੱਧ ਬਲੇਡ ਤੂੰ ਹੋ ਗਈ ਆ। ਆਹ ਤੇ ਮੰਮੀ ਆ, ਕੀ 4-5 ਪੈਕਟ ਕਿੰਨੇ ਦੇ ਹੋਣੇ, 50 ਦੇ ਆ ਜਾਣਗੇ। ਲੈ ਕੱਢ ਲੈ ਪੋਤਰੇ ਡੋਰ, मैं ਮੈਨੂੰ ਕਿ ਭਾਈ, ਮੈਂ ਮੰਮੀ ਨੂੰ ਉੱਥੇ ਰੋਕ ਲੈਣੀ, ਗੁੱਸਾ ਲੱਗਦੀ ਰਹੇ ਆ ਤੇ ਕੱਢੀ ਹੱਡ ਦੇ ਫਿਰਦੀ ਮੰਮੀ। ਕੀ ਪਹਿਲਾਂ ਮਾਂ ਪੁੱਤਾਂ ਦੀ ਕੀ ਗੱਲ ਹੋਈ, ਨਾ ਮੁੰਡਾ ਦੱਸਦਾ ਤੇ ਨਾ ਉਹ ਆਪ ਮੰਮੀ ਦੱਸਦੀ ਆ। ਦੀਦੀ ਭਾਈ ਦਾ ਗੁੱਸਾ ਵੀ ਤੇ ਗਿਆ ਜੀ ਹੈ ਨਾ, ਮੰਮੀ ਨੂੰ ਸਾਰਾ ਪਤਾ ਵੀ ਕਿਹੜੇ ਕੋਲੋਂ ਗੁੱਸੇ ਆ, ਤੇ ਨਾਲੇ ਮੈਂ ਤਿਆਰ ਹੋ ਗਈ, ਮੰਮੀ ਨੂੰ ਪਤਾ ਵੀ ਇਹਨੇ ਨਾਲ ਜਾਣਾ, ਮੰਮੀ ਜਾਣ ਕੇ ਮੈਨੂੰ ਛੱਡ ਕੇ ਚਲੇ ਗਏ ਆ। ਆ ਵੇ ਲੋ, ਮੰਮੀ ਨੇ ਚਲਾਕੀ ਹੈ ਨਾ, ਹੈ ਚਲਾਕੀ ਹੈ ਇਹ ਕਿਉਂ ਨਾ, ਮੈਂ ਮੰਮੀ ਨੂੰ ਕਹਿਣ ਜੋਗੀ ਨਾ, ਮੈਂ ਹੁਣ ਤੈਨੂੰ ਕਹਿਣ ਜੋਗੀ, ਤੂੰ ਵੀ ਆਪਣੇ ਥਾਂ ਸੱਚੀ ਆ। ਮੈਂ ਫਟਾਫਟ ਕੰਮ ਕਰ ਗਿਆ ਤੇ ਨਵੇੜ ਗਿਆ, ਮੈਂ ਚਲ ਮੰਮੀ ਦੇ ਨਾਲ ਜਾਉਂਗੇ, ਤੇ ਫਿਰ ਮੰਮੀ ਨੇ ਕਿਹੜਾ ਮੇਰੇ ਨਾਲ ਕਿਤੇ ਤੋਦੀਆਂ ਨਹੀਂ ਜਾਂਦੀਆਂ, ਤੇ ਯਾਰ ਮੰਮੀ ਨੇ ਲੈ ਕੇ ਨਹੀਂ ਜਾਣਾ, ਫਿਰ ਜਾਣਾ ਕੀ ਹੈ ਤੇਰੇ ਨਾਲ। ਚਲ ਹੁਣ ਗਵਨ ਚਾਚੀ ਨਹੀਂ ਜਾਣਾ, ਮੈਂ ਤਾਂ ਹੁਣ ਜਾਣਾ ਨਹੀਂ, ਮੈਂ ਘਰ ਰਹੂੰਗੀ, ਰਗਬੀਰ ਕਦੋਂ ਵੀ ਆ ਸਕਦੇ ਆ, ਤੇ ਤੂੰ ਹੁਣ ਗਵਨ ਚਾਚੀ ਨੂੰ ਕਹਿ ਦੇਣੀ ਫਿਰ ਨਾਲ ਦੇ ਤੈਨੂੰ ਨਾਲ ਲੈ ਜਾ। ਤੂੰ ਹੁਣ ਜੇ ਗਵਨ ਚਾਚੀ ਨਾਲ ਜਾਉਂਗੀ ਤੇ ਲੋਕਾਂ ਨੇ ਛੱਤੀ ਛੱਤੀ ਗੱਲਾਂ ਕਰਨੀਆਂ ਹਨਾ, ਆਪਣੀ ਸੱਸ ਨਾਲ ਬਣਦੀ ਨਹੀਂ ਹੋਣੀ, ਤੂੰ ਪਿੱਛੋਂ ਲੋਕਾਂ ਨਾਲ ਆਈ ਆ। गुस्से ਪਰ ਮਗਰੋਂ ਤੈਨੂੰ ਉਹਨੂੰ ਵੀ ਪਤਾ ਹੈਗਾ ਵੀ ਆਪਾਂ ਕਿੰਨਾ ਕੁ ਜਾਣੀਆਂ ਆਉਂਦੀਆਂ ਕਿਤੇ, ਫਿਰ ਲੋਕੀ ਗੱਲਾਂ ਝੱਟ ਬਣਾ ਲੈਂਦੇ ਆ, ਗਲੀਆਂ 'ਚ ਤੁਰੀਆਂ ਫਿਰਦੀਆਂ। ਹੈ ਨਹੀਂ ਮੰਮੀ, ਸਾਡੀ ਤਾਂ ਆਪਣਾ ਹੀ ਹਿਸਾਬ ਕਿਤਾਬ ਇਹਦਾ ਵੱਖਰੇ ਰਹਿੰਦਾ, ਮੰਮੀ ਨੇ ਘਰੋਂ ਲੈ ਕੇ ਤੁਰਨਾ ਨਹੀਂ ਹੈਗਾ ਨਾਲ, ਪਹਿਲਾਂ ਤਾਂ ਨਹੀਂ ਇਹਦਾ ਮੰਮੀ ਇੱਦਾਂ ਕਰਦੀ, ਪਰ ਹੁਣ ਪਤਾ ਨਹੀਂ ਮਹੀਨਾ ਕੁ ਹੋ ਗਿਆ ਮੰਮੀ ਦਾ ਕੀ ਹਿਸਾਬ ਕਿਤਾਬ ਹੋ ਗਿਆ ਵਾ। ਚੱਲ ਚੋਰੀ ਇੱਕ ਮੁੰਡੇ ਦੇ ਪਤਾ ਨਹੀਂ ਕਾਹਦੀਆਂ। ਖਾਲੋ ਖਾਲੋ, ਚੱਲ ਫਿਰ ਹੋ ਜਾ ਤਿਆਰ, ਜਾਣਾ ਨਹੀਂ ਫਿਰ ਹੁਣ।
चालू किता तेल लिखन वाला तेल मेरा रहा मम्मी एक टीन एक पीपे मंगा ली गई बाबा टाइम लंघ जांदा नौना वा तेल ना मेडिकल पहला हो गया वा खराब कैंसल हो गया वा नवा मेडिकल करा वा कि करा हूं दो वारी अगे पैसे पाते दवाई नाल ठीक हो जाना वा जिदा खंघ खुंग आउंदी आ कहिंदे नी छाती ते रेशा जम गया वा ओ रेशा जम्या वा समझ लगी आ मैनूं नी तेरी कोई समझ लगी की करदे फिरदे जो एक ओ तेरी बुढ़ी ते एक तू लगदा दोवें रल गए जो लै जिहड़ी माड़ी मोटी तेरी बुद्धि हैगी ना ओने मार छुड़ी ओए ओदे वी पिछे पिछे तुरे फिरदे रहिंदे जे एवें ओदे पिछे पए रहिंदे पता किन्ने पैसे देने आ ओदे
सप मार के पीढ़ी थले बैठे रहने के पिसक भी नहीं कटदे दस दे ती मां पुता च की गल हुई सानू नहीं पता ते ना तुसी सानू नहीं दसना चाहते ते ना दसो चाची नु कह के आई राजिंदर मेनू कहती जे मैं ओदन जाऊंगी मैं चंगी लगूंगी लोग छत्ती छत्ती गल्लां करनियां तू इदा कर कपड़े मेरे सामने चंगे ही तेरे होर कोई बदल तू ही पारा सूट कोई घोड़े बिगड़ने सूट पाया ही क्यों पुत आप मेरा पोत भी तैयार होया ऐसा चल जाओ दोनों जानी मैं रीना वा घर मेरे को नहीं जाया जाना पहला बंदा तैयार हो गल हो रहा हूं मम्मी यह दसो गल ताड़ी हो मम्मी पैसे क्यों भेज दी की गल हुई मैं मुझे पूछे शामी फोन की गल भावा गल मेन 70,000 रुपया मैं मम्मी फड़ाते मम्मी मैं दस दी नहीं सच हूं मैं कोई गल बात पैसे धेले दी तू कि नहीं चुप कर मेन फोन कर दिया कर हम महाराज की कृपा का काम सैट वा मेरा चलो ठीक है पर तु ना चल फिर भी भरा ही कल कदी ना कदी गल बात हो ही जाती मैं इस वे काम आया अंगूर ते चीकू आ पोला वा आ मिठा इन तो नहीं है सख्त जाया अद्धा दिन बहार रही ना सवेर तक हो जाने सही मैं ते अपनी सेहत बनावा ਇਹ ਅੰਤਰੇ ਸਾਡੋ ਭਰਜੂ ਹੀ ਕਰਦੇ ਰਹੇ ਚੱਲ ਚੰਗਾ ਹੋ ਗਿਆ ਮੰਮੀ ਨੇ ਪੈਸੇ ਦੇ ਤੇ ਇੱਕ ਗੱਲੋਂ ਫਰੂਟ ਤੇ ਆਉਣ ਹੀ ਲੱਗ ਪਿਆ ਨਾ ਘਰ ਆ ਵੈਸੇ ਵਧੀਆ ਨਹੀਂ ਆ ਮੰਮੀ ਨੇ ਪੈਸੇ ਦਿੱਤੇ ਫਰੂਟ ਵੀ ਆਉਣ ਦਿਆ ਕਰ ਆ ਗੱਲ ਚੱਲੇ ਹੀ ਹੋਵੇ ਉਹੀ ਤੇ ਮੈਂ ਵੇਖਣ ਦੀ ਜਿਹੜੇ ਪੱਕੇ ਕੱਢਣ ਦੀ ਸੀ ਨਾ ਘਰ ਵਾਸਤੇ ਤਾਂ ਉਹ ਲੱਗੀ ਆ ਮੈਂ ਮੰਮੀ ਨੂੰ ਖਵਾ ਲੈਣੇ ਹੋਰ ਬੋਲ ਲੈਂਦੀ ਕਿਉਂ ਕੀ ਹੋਇਆ ਸੀ ਕੀ ਕਰਦੇ ਉਹ ਹੋਏ ਅੱਗੇ ਡੈਬੀ ਲੋੜਾ ਬੋਲ ਫੇਰ ਕਿਹੜੀ ਤੁਹਾਨੂੰ ਯਾਰ ਹੁਣ ਜਿਹਨੂੰ ਮੈਡੀਕਲ ਇੱਕ ਖਰਾਬ ਹੋ ਗਿਆ ਦੂਜਾ ਫੇਲ ਹੋ ਗਿਆ ਫੇਰ ਹੈ ਤੀਜਾ ਹੁਣ ਕਰਾਵਾਂ ਬਣਾ ਮੈਂ ਜੇ ਬਾਹਰ ਜਾਣਾ ਤੇ ਆ ਤੇਰੇ ਗਾੜੀ ਜੋੜੇ ਹੱਥ ਆਪਾਂ ਨਹੀਂ ਕਰਾਉਣਾ ਪਹਿਲੀ ਵਾਰੀ ਤੁਸੀਂ ਗਏ 15,000 ਰੁਪਇਆ ਉੱਥੇ ਦੇ ਕੇ ਆਏ 10,000 ਤੁਹਾਡਾ ਖਰਚਾ ਲੱਗਿਆ ਕਿਰਾਏ ਕਰੂਏ ਤੇ ਉਦੋਂ ਤੁਹਾਡਾ ਨਾਮ ਗਲਤ ਆ ਗਿਆ ਦੂਜੀ ਵਾਰੀ ਤੁਸੀਂ ਫੇਰ ਗਏ ਹੈ ਉਦੋਂ ਤੁਹਾਡੀ ਛਾਤੀ 'ਚ ਦਾਗ ਆ ਉਦੋਂ ਫੇਰ 15,000 ਹੈ ਨਾ ਫੇਰ ਕਿਰਾਏ ਕਰੂਏ ਪਾ ਕੇ 30-35,000 ਰੁਪਇਆ ਤੁਸੀਂ ਇਹ ਖਰਚ ਲਿਆ ਹੁਣ ਤੀਜੀ ਵਾਰੀ ਫੇਰ ਤੁਹਾਨੂੰ 10-15,000 ਚਾਹੀਦਾ ਤੁਹਾਡੇ ਕੋਲ ਨਹੀਂ ਹੈਗੇ ਪੈਸੇ ਤੇ ਬਸ ਕਰੋ
जिन्ने मेरी मां ने पैसे दिते ही सारे कौन खराबी करते जे और पैसे कितो होने मां तुहाडी रुपया नहीं लैंदी मम्मी कहंदी तू जा करा के आ मम्मी ते वेंदी है मम्मी आंदी नहीं है पैसे खर्चे जान तुहानू फिर तोड़ दिनी पैगी आ मैं इत्थे तुरया फिरा दस इत्थे नहीं काम हुंदा इत्थे काम करो केड़ा करन डए जे जिन्ने तुही पैसे खराब करते इन्ने में जिथे वापस सोई की टना टुना लवा लेनी है ती मम्मी नु वापस कितो देने नु पैसे दस किदां देने नु तू हुण भी किदां देने जेड़े खर्चे दे बाकी कितो पूरे ओए हुण मैं बाहर जाऊंगा कितो फट तड़ देने आ कितो फट तड़ देने ओ गंगा ते तानू अज किसे ने पैसे दित्ते नहीं है नाले का ताडे तो आ सी तानू उना ने भी नहीं दित्ता पैरी दा तुही लेके ठेका पहिलो खा लिया वा तू हुण कितो पैसे आने आ चल मैं उस्ताद नु कहना हां भी कोई नहीं थोड़े जे होर कर ला उस्ताद नु ए कहो कि जिन्ना तेरे हैगे बाकी साडे पैसे आनू वापस कर दे पा पैसे मैं मम्मी नु ने मोड़ आनी आ कोई नहीं मम्मी ने गल कर लूंगी थोड़ा टाइम ओदे को लंदांगे हुण अगला फिर ठेका फड़ जाए तो फिर मम्मी नु देवांगे नहीं तो तुही एक दो कोठियां दा काम फड़ो ते एडवांस च पैसे ले लो पैसे काम करके नहीं मिलदे तू एडवांस जी पुछण रही है ਇਦਾਂ ਵੀ ਤੇ ਫੋਨ ਖਰਾਬੀ ਕਰਨ ਦੇ ਪਏ ਹੁੰਦੇ ਕਿੰਨੇ ਕਿਹੜੇ ਹੁੰਦੇ ਜੇ ਤੁਸੀਂ ਹੈਗੇ ਪਏ ਤੁਹਾਡੇ ਕੋਲ ਕੋਈ ਦੱਸੋ ਨਾ ਗੱਲ ਤੇ ਮੈਂ ਇਹੀ ਕਹਿੰਦਾ ਹਾਂ ਵੀ ਸਵੇਰ ਦਾ ਇੱਥੇ ਨਿਕਲ ਜਾਣਾ ਘਰੋਂ ਬਾਹਰ ਹੈ ਘਰ ਘਰ ਫਿਰ ਕੇ ਤੇ ਰੁਪਈਆ 500 ਵੀ ਨਹੀਂ ਮਿਲਦਾ ਸ਼ਾਮਾਂ ਨੂੰ ਤੇ ਇਹ ਹਾਂ ਕਿੰਨੇ ਖਰਾਬੀ ਤੇ ਦਾਕਾਂ ਦੀ ਜਿਹੜੀ ਦਵਾਈ ਨੇ ਤੇ ਤੁਸੀਂ ਉਹ ਵੱਖਰੇ ਪੈਸੇ ਪੁੱਟੇ ਹੁਣ ਕੀ ਪਤਾ ਹਜੇ ਵੀ ਦਾਗ ਹਟੇ ਆ ਕਿ ਨਹੀਂ ਹਟੇ ਛਾਤੀ ਤੋਂ ਚੱਲ ਦਵਾਈ 10 ਦਿਨ ਖਾ ਕੇ ਫੇਰ ਕਰਾ ਲੈਣਾ ਮੈਡੀਕਲ ਜਿਹੜੀ ਅੱਗੇ 10 ਦਿਨ ਖਾਦੀ ਸੀ ਉਹ ਮਾੜੀ ਆ ਹੁਣ कमजोरी मां पुत के पासे नी लगन दिंदे साड़ दे पक्के पक्के लाना ना नहीं ते खावा एक और इत्थे कटिया गया पक्का जची पुर हुण इदा ही करियो राजविंदर दे नाम ते पैसे जमा करा दियो कोई नहीं और मैं कराई देनी है तू ना खाली चिंता कर और मेनू नी फिकर पाओ जे पैसे दा हां नहीं ते चंगे लगी दा कल नु एवें गल बात निकलदी कदी ना कदी बंदा सुना ही दिंदा चंगे लगी दा फिर चल तू इदा कर हां इनू ले जा नाल ते जे चाची जांदी ठीक आ ਨੇ ਜੇ ਮੈਨੂੰ ਗਾਂ ਕਰ ਰਿਹਾ ਮੜਾ ਜੀ ਆਗਲੀ ਗਲੀ ਤੇ ਘਰ ਹੋਣਾ ਨਾਲ ਚਲੋ ਠੀਕ ਹੈ ਆਓ ਚੱਲੀ ਚੱਲ ਜਾਓ ਪਕੌੜੇ ਖਾ ਕੇ ਆਓ ਮੇਰੇ ਵਾਸਤੇ ਲੈ ਆਏਗਾ ਪਹਿਲਾਂ ਮੈਨੂੰ ਹੁਣ ਦੇ ਹੁਣ ਵੇਖ ਕੇ ਚੱਲ ਇੱਥੇ ਹੁਣ ਵੇ ਹਾਂ ਤੱਕ ਦਾ ਭਲਾ ਹੁੰਦਾ ਤੁਹਾਡੇ ਚੱਲ ਮੇਰਾ ਆ ਜਾ 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 ਆ मम्मी कही जांदी तू करा गया मेडिकल सुख रौला पाई जांदी आ भी की हो गया मुंह लटका के बह गया की हो कहता तेनू ने ओ हाडे घर लड़ाई मुक्कू ते फेरी आ ते लड़ाई मुक्की लड़ाई केड़ी होण गई हर एक काम ते नाम ना हुंदी आ ਹੁਣ ਇਹ ਕਹੀ ਜਾਂਦੀ ਨਹੀਂ ਜਾਣਾ ਬਾਹਰ ਹੈ ਨਹੀਂ ਕਰਾਉਣਾ ਮੈਡੀਕਲ ਕਿਉਂ ਜਾਣਾ ਕਿਉਂ ਨਹੀਂ ਹੈ ਕੀ ਪਤਾ ਅਬੇ ਜਾ ਅੱਜ ਇਹ ਫਿਊਲ ਖਰਚੀ ਜਾਣਾ ਚੱਲ ਜਾ ਚੱਲ ਐ ਤੇ ਗੱਲ ਬਣ ਜੇ ਆ ਲੈ ਪਲੇਟ ਭਰ ਕੇ ਆ ਗਈ ਖਾਣ ਤੇ ਕਿਉਂ ਖਾਣੀ ਨਹੀਂ ਮੇਰੀ ਮਾਂ ਦੀ ਪੈਸੇ ਖਾਏ ਫਰੂਟ ਨਹੀਂ ਤੂੰ ਅੱਗੇ ਘੱਟ ਮੋਟੀ ਆ ਇੰਨਾ ਕੋ ਪਾ ਗਿਆ ਇਹ ਇਧਰ ਮਾਂ ਪੁੱਤਾਂ ਵਾਲੇ ਸੁੱਕ ਸੁੱਕ ਕੇ ਤੀਲੇ ਵਰਗੇ ਹੁੰਦੇ ਜਾਂਦੇ ਆ ਫਿਕਰ ਦੇ ਨਾਲ ਤੁਹਾਨੂੰ ਕਿਹੜੀ ਮੰਮੀ ਫ੍ਰਿਜ ਨਹੀਂ ਲੱਭਣ ਦੀ ਫ੍ਰਿਜ ਫਰੂਟ ਪਿਆ ਖਾਓ ਖਾ ਕੇ ਲਿਆਓ ਸਾਡੀ ਨਹੀਂ ਆਦਤ ਹੈਗੀ ਏਦਾਂ ਫੜ ਕੇ ਖਾਣ ਦੀ ਤੂੰ ਤੇ ਭੁੱਖਿਆ ਚੱਲ ਮੈਨੂੰ ਏਟੀਐਮ ਦੇ ਮੈਂ ਜਾਣਾ ਯਾਰ ਮੈਂ ਪੈਸੇ ਪਾਉਣੇ ਆ ਇੱਕ ਮਿੰਟ ਬੰਨੇ ਮੇਰੀ ਮੰਮੀ ਨੇ ਕਰਨ ਵੇਲੇ ਲਾ ਦਿਓ ਆਦਤ ਕਿਉਂ ਨਹੀਂ ਹੈ ਜੀ ਮੰਮੀ ਤਾਂ ਫਰੂਟ ਫੜ ਕੇ ਆਏ ਹੁੰਦੀ ਜਦੋਂ ਮੈਂ ਵੀ ਆਈ ਨਹੀਂ ਇੱਥੇ ਆੜੇ ਤੁਹਾਡੇ ਨੌਕਰ ਤੁਰੇ ਫਿਰਦੇ ਆਪ ਫੜਫੜ ਚੀਜ਼ਾਂ ਖਾਂਦੇ ਨਹੀਂ ਭੈਣ ਨੌਕਰ ਦੀ ਨਹੀਂ ਗੱਲ ਹੁੰਦੀ ਐਵੇਂ ਭੁੱਖਿਆ ਵਾਂਗੂ ਤੇਰਾ ਬੁਰਕੀ ਇਧਰੋਂ ਫੜ ਲਾ ਬੁਰਕੀ ਇਧਰੋਂ ਫੜ ਲਾ ਇੱਕੇ ਵਾਰ ਸਿਦਕਨਾ ਚੀਜ਼ ਖਾਈ ਦੀ ਹੁੰਦੀ ਆ ਕੜੀ ਲੰਘ ਵੀ ਜਾਂਦੀ ਆ ਮੈਂ ਤੇ ਮੰਮੀ ਇਦਾਂ ਹੀ ਖਾਂਦੇ ਆਈ ਵੀ ਮੇਰੀ ਮਾਂ ਦੇ ਪੈਸਿਆਂ ਦੇ ਤੇ ਉਹੀ ਨਹੀਂ ਮੈਨੂੰ ਫਰੂਟ ਖਵਾ ਲੈਂਦੇ ਲੈ ਸਭ ਹੀ ਸੁਣ ਲਾ ਗੱਲ ਪਲੇਟ ਭਰ ਕੇ ਤੇ ਆ ਬਹਿ ਗਈ ਆ ਚੱਲ ਤੂੰ ਇਹ ਵੱਖਰਾ ਹੀ ਦੱਸ ਆ फड़ो खा लो दो
ਜੇ ਮੈਂ ਬਤਾਉਂਦੀ ਹਾਂ ਫਰੂਟ ਸਾਬੀ 5 ਕਿਲੋ ਖੂਨ ਨਿਕਲ ਗਏ ਅੰਦਰੋਂ ਕੀ ਲੱਗੋ ਬਿਨਾ